ਜਿਹੜੇ ਮਾਤੀ ਬੈਠੇ ਹੋ ਸ਼ਾਮ ਦੇ ਅਮਨ ਨਿਭਾ ਕੇ
Ben sadıkken ya. Ben sadıkken ya. Sen duyamazsın. Ben sadıkken ya. Çarca meri mecburiye mey uktiya. Kise seyyed kulup çeki yöce. Yaman ne faydalı diya diya. Vah bay vah. Tuhanu te atay ali. ਸ਼ਾਮ ਦੇ ਮਨ ਲਿਖਾ ਕੇ ਲਫ਼ਜ਼ ਦਾ ਅਗਲਾ ਔਖੇ ਬੱਚਿਆ ਆ ਪੂਰ ਲੈ ਕੇ ਜਦਾਂ ਪਹੁੰਚੀ ਅਲੀ ਦੀ ਧੀ ਅਕਬਰ ਦੀ ਜਾਗੀ ਮੈਂ ਸਦਕੇ ਜਾਵਾਂ ਸਾਰੇ ਪੂਰ ਤੂੰ ਪਹਿਨੇ ਸੁਲਤਾਨ ਵਫਾ ਦੇ ਸੁਲਤਾਨ ਦੀ ਮਜ਼ਾਰ ਤੇ ਚਾਚੇ ਦੀ ਖਬਰ ਤੇ ਆ ਕੇ ਮੇਰੇ ਆਕਾ ਸਜਾ ਦੀ ਰਾਤ ਵੱਧ ਪਈ ਹੈ ਤੂੰ ਹੱਥ ਰੱਖ ਚਾਚੇ ਦੀ ਖਬਰ ਤੇ ਸਾਦ ਮਾਰ ਕੇ ਇਹੋ ਕੋ ਜਾ ਦਿਨ ਆ ਕਬਰ ਤੂੰ ਬਾਹਰ ਬਿਸਮਿਲਾ ਬਿਸਮਿਲਾ ਕਲਾ ਬਿਸਮਿਲਾ ਕਲਾ ਕਬਰ ਤੂੰ ਬਾਹਰ ਮੈਂ ਡਰ ਦੇਖ ਨੁਕਸਾਨ ਸਾਨੇ
ਚਲੋ ਬਜ਼ੁਰਗੋ ਮੈਂ ਜਦਾ ਜ਼ਿਆਰਤ ਗਿਆ ਕਰਬਲਾ ਮੁਲਕ ਲੈਣ ਵੀ ਆਈ ਉਹ ਵਹਿਣ ਪਿਆ ਪੜਨਾ ਕਦੀ ਵੀ ਅਲਦਾਰ ਵਿੱਚ ਜਿਹੜਾ ਵਹਿਣ ਹੋਣ ਪੜਨ ਲੱਗੀ ਉਹ ਵਹਿਣ ਪੜਿਆ ਹੀ ਨਹੀਂ ਦੱਸਾ ਸਕਦਾ ਦਾਦਾਰਾ ਕਿਤਨਾ ਮਾਤਮ ਕੀਤਾ ਹੈ ਜਿਹੜੇ ਮਾਤਰੀ ਬੈਠੇ ਹੋਏ ਦੱਸਣਾ ਚਾਹਨਾ ਕਹਿਣ ਦੇ ਬਾਅਦ ਕੇ ਵਹਿਣ ਤੇਰਾ ਦੀ ਕਬਰ ਤੇ ਆਈ ਕਿਵੇਂ ਅਕਬਰ ਬੀਬੀਆ ਦੀ ਵੀਰ ਖਬੇ ਕੌਣ ਸੁਣਦਾ ਹੈ ਹੌਲੇ ਹੌਲੇ ਆਵਾਜ਼ ਆਈ ਹੈ ਛੇ ਮਾਲ ਅਸਗਰ ਉਸ ਵੇਲੇ ਆਲੀਆ ਨੇ ਭੂਤ ਮਾਤਮ ਕੀਤਾ ਹੈ ਮਾਤਮ ਕਰਕੇ ਬੀਬੀਆ ਦੀ ਕਾਈ ਖਬਰ ਹੋਲੀ ਮੈਂ ਪੁੱਤਰ ਤਮਾਮ ਦੇ ਘਰਾਂ ਤੇ ਮਾਲਿਕ ਅਮਨ ਤੇ ਬਰਕਤ ਨਾਜ਼ਿਲ ਫਰਮਾ ਅਕੀ ਪੂਜ ਕੇ ਸੈਯਦ ਜ਼ਾਤ ਤੇ ਸਲਾਵਾਤ ਨਬੀਆਂ ਦੇ ਸਰਦਾਰ ਦਾ ਫਰਮਾਨ ਆਪਣੀਆਂ ਮਜਲਸਾਂ ਨੂੰ ਜ਼ੀਨਤ ਦਿਓ ਸਰਕਾਰ ਦੇ ਫਰਮਾਨ ਤੇ ਅਮਲ ਕਰਦੇ ਹੋਇਆ ਨੌਕਰੀ ਸੁਣਾਉਣ ਵਿੱਚ ਅਦਬ ਪਸੰਦ ਕਰਨ ਤੋਂ ਤਸ਼ਰੀਫ ਫਰਮਾਓ ਮੈਂ ਮਿਹਨਤ ਕਰਨ ਦਾ ਆਦਮੀ ਤੋਂ ਡਾਕਟਰ ਬਣਨ ਦਾ ਜਿਹੜਾ ਜ਼ਾਕਰ ਮਿਹਨਤ ਕਰੋ ਤੇ ਅੱਗੇ ਦੁਆ ਵੀ ਫਰਮਾਓ ਤੇ ਦਾਤ ਵੀ ਠੀਕ ਹੈ ਜੀ ਇੱਕ ਬਹੁਤ ਪਿਆਰੀ ਬਾਤ ਤੁਹਾਡੇ ਹਵਾਲੇ ਕਰਕੇ ਦੁਆ ਲੈਣਾ ਚਾਹੁੰਦਾ ਖਿਆਲ ਮੇਰੇ ਪਾਸੇ ਹੋਵੇ ਜੀ ਬਹੁਤ ਪਿਆਰੀ ਬਾਤ ਤੁਹਾਡੇ ਹਵਾਲੇ ਕਰਨ ਲੱਗਾ ਸੰਗ ਬਾਰੀ ਸੇ ਅਗਰ ਕੋਈ ਨਬੀ ਜ਼ਖਮੀ ਹੋ ਤਵੱਜਾ ਹੈ ਜੀ ਇਹ ਜਿਤਨੇ ਬਜ਼ੁਰਗ ਬੈਠੇ ਦੁਆ ਕਰਦੇ ਸਨ ਜਵਾਨ ਬਈ ਦੁਆ ਵੀ ਕਰਨ ਦਾ ਦਾਤ ਵੀ ਦੇਵਨ ਉਹ ਕੈਸੀ ਪਿਆਰੀ ਬਾਤ ਤੁਹਾਡੇ ਹਵਾਲੇ ਕਰਨ ਲੱਗਾ ਸੰਗ ਬਾਰੀ ਸੇ ਅਗਰ ਕੋਈ ਨਬੀ ਜ਼ਖਮੀ ਹੋ ਕਦਰਦਾਨ ਲੋਕ ਇਸ ਦਾ ਚਿਹਰੇ ਤਸ਼ਰੀਫ ਫਰਮਾਏ ਇਹ ਵਾਕਿਆ ਕੁਰਾਨ ਵਿੱਚ ਮੌਜੂਦ ਹੈ ਅੱਲਾ ਦੇ ਇੱਕ ਨਬੀ ਜ਼ਖਮੀ ਹੋਏ ਮਾਲਿਕ ਨੇ ਜਨਾਬ ਜਬਰੀਲ ਨੂੰ ਹੁਕਮ ਦਿੱਤੇ ਜਬਰੀਲ ਜਾ ਅੱਲਾ ਦੇ ਨਬੀ ਦੇ ਬਦਨ ਤੇ ਆਪਣੇ ਪਰ ਮਸ਼ਕ ਕਰ ਜਨਾਬ ਜਬਰੀਲ ਗਏ ਪਰ ਮਸ਼ਕ ਕੀਤੇ ਅੱਲਾ ਦੇ ਨਬੀ ਸ਼ਿਫਾ ਜਾ ਠੀਕ ਹੈ ਜੀ ਇਹ ਵਾਕਿਆ ਕੁਰਾਨ ਵਿੱਚ ਮੌਜੂਦ ਹੈ ਮੈਂ 4 17 ਮੁਕੰਮਲ ਕਰਨੀਆਂ 34 70 ਤੇ ਅਲਾਨੀਆਂ ਮਵਾਲੀਆਂ ਦੇ ਹਾਂ ਚਲ ਜਾ ਸਨ ਜਿਤਨੇ ਅਜ਼ਾਦ ਵਿੱਚ ਉਹ ਗੱਲ ਬਹੁਤ ਪਿਆਰੀ ਤੁਹਾਡੇ ਹਵਾਲੇ ਕਰਨ ਲੱਗਾ ਸੰਗ ਬਾਰੀ ਸੇ ਅਗਰ ਕੋਈ ਨਬੀ ਜ਼ਖਮੀ ਹੋ ਉਸ ਕੋ ਪਰਹਾਏ ਮਲਾਇਕ ਸੇ ਦਵਾ ਮਿਲਤੀ ਹੈ ਬਈ ਤਵੱਜੋ ਹੈ ਨਾ 34 70 ਦੇ ਹਾਂ ਚਲ ਸੀ ਸੰਗ ਬਾਰੀ ਸੇ ਅਗਰ ਕੋਈ ਪਰਹਾਏ ਮਲਾਇਕ ਸੇ ਦਵਾ ਮਿਲਤੀ ਹੈ ਬੇਸ਼ੱਕ ਪਰ ਫਰਿਸ਼ਤੇ ਕੇ ਅਗਰ ਟੂਟ ਵੀ ਜਾਏ ਲੋਗੋ ਉਸ ਕੋ ਸ਼ਬੀਰ ਕੇ ਝੂਲੇ ਸੇ ਸ਼ਿਫਾ ਹੋ ਜਾਏ ਸਾਡੇ ਸੰਦੇਸ਼
پیشانِ حسین کر رہے ہیں نبیوں کی سجدہ گاہ ہے چہرہ حسین کا نبیوں کی سجدہ گاہ ہے چہرہ حسین کا کہنے لگا شیطان سے اللہ حسین کا کہنے لگا شیطان سے اللہ حسین کا کہ نکل جا نکل جا میرے دربار سے لے کر عبادتیں کیوں مجھ کو ہے کافی ایک ہی سجدہ حسین کا اللہ دی زیارت ہاں جی
ਆਪਣੇ ਪਿਆਰੇ ਨਾਲ ਸਮਾਧ ਫਰਮਾਇਆ ਜਿਹੜੇ ਹੱਥ ਉੱਤੇ ਕਹਿੰਦੇ ਮੁਤਾਇਦ ਹੋਏ ਚਲੋ ਇੱਕ ਤੋਹਫਾ ਭੇਜ ਰਿਹਾ ਤੁਸੀਂ ਤੋਹਫਾ ਵਸੂਲ ਕਰਨੇ
منزل بداوی ہے اچھا میرا دل ہے اج ایک منزل بداوی ہے جی میں چاہنا جاؤں نارا نہیں لگا ٹھیک ہے میں ایک منزل بداون لگا مسجد نبوی نبیوں نے سردار دسائی دے سن پوچھتے آ کہ میرے آقا حسین سوار ہو گئے ایک واری واجب تسبیح سرکار نے پڑھی دوسری واری پڑھی تیسری واری پڑھی سرکار نے سوچا نماز اللہ دی حسین میرا نواسا اللہ بعد درود و سلام دے پیا دے نماز بھی میری ہے مگر حسین بھی میرا ہے ہاں جناب جبرائیل نے لفظ آکن لفظ یاد ہے نا میرے حسین کی ہیں میں جتنے ردار بیٹھے ہو جناب جبرائیل نے لفظ آکن سرکار میں نے جبرائیل اگر تو آ گئے تیرے گلنا چھوڑ تو میں نے مالک دا پیغام دے اس وقت جناب جبرائیل نے مالک دا پیغام کیا دیتے طویل کرے دلاں تے لکھیے پھر جتھے یاد آوے میرے حق کی دعا کر دے
ਕਹਿਣਾ ਮੈਂ 2:17 ਪੜ੍ਹਨ ਲੱਗਾ ਔਰ 2:17 ਪੜ੍ਹ ਕੇ ਮੈਂ ਜਨਾਬ ਨੂੰ ਸਰਕਾਰ ਦੀ ਹਦੀਸ ਯਾਦ ਕਰਾ ਰਹੀ ਹੈ ਤੇ ਤੁਹਾਡੇ ਚਿਹਰੇ ਤੇ ਯਾਦ ਕਰ ਸਾਂ ਵੀ ਤੁਹਾਨੂੰ ਯਾਦ ਆਈਏ ਕਿ ਨਹੀਂ ਵੀ ਸੱਚਾ ਹੋ ਇਸ ਨਾਮ ਕੀ ਬਤਾ ਮੁਬਾਰਕ ਮੁਬਾਰਕ
لفظ بڑے ہی دکھی آخے میں تو دم نال پڑھن کر دیا چلو پھر تو لفظ آخ دیتے پھر جملہ میں ازدار سنے میں بے بس آئے کرے سن میں ممبر تے کھڑا ذمہ وار ذاکر ہاں ان شامیاں مردے چو سب تو زیادہ میرے آقا عباس نو ماریا یا سیدہ تو سے لفظ آخر پھر میں سنے دا ازدار دوں اے ازدار بے بس ماتم کرے سے ان شامیاں بی بی ہے چو سب تو زیادہ بی بی زینب نو ماریا یا سیدہ مگر بھیڑ تے بیڑا دا مقدر عجیب آئی اینا بیڑا دے ہاتھ کپ کے ماریا تے شام دے بازار ہے جنہ بھیڑ دے ہاتھ بند لا بھائی ماں میں صدقے جاواں میں صدقے جاواں سلام دے سوا شالا کسے غم میں چھترو مزرگاں دی محنت دی ستر دے نچ آ گئی ہے آن جانے تے شام دی تھکی ہوئی سیر جانے میں لفظ پہ آنا سمجھنا زدہ رہے شام دے امن دے بھاکے رابی میں سب کے جاواں تمہیں پہلا بس ایک چھوڑے ہی تھا ہوں دکھ پہ شروع کرے نا اگلا میں لفظ اکسان تشریح نہ کرے سا وقت ہی نہیں براد چہلم منا کے پاہمیں سب کے جانا جدہ پہنچے نا لی دی دھی مدینہ دے بارو جدہ مدر گلہ کریم مشکرے بی بی دی آواز رہی ہے سجاد بچڑا خیمے اٹھے نا سب گار جتھے ڈر دیواری بابے لائے ہاں بشیر نو آنکھ منا دی کرے ہو گئے نصب خیمے میرے آقا صد مار کیا دن بشیر ہتھ بن کیا دے جی آقا امام دی آوازی ہے مجھے ہر گلی ہر مور تے آنکھ مدینے دے سردار والا ہے بھائی ماں تو نے سمجھن دی کیا بات ہے تو سر سن کے رو پہ ہو مگر میرا توڑی تو سوال ہے جگہ امام میں گل کی تھی ہے بشیر نرم نہ ہو مہور اللہ بشیر ماتم کی تھی بشیر نے آدھے مولا ہر گلی ہر مور تے اقصا مدینے دے سردار والا ہے مگر دادی دے خالی ملن دا واسطہ ہی میں اتنا دسا میں نبیہ دے سردار نو کیا آکھا رابی مارا بشیر تر پیے منا دی کرے نال دے مکہ نہ پیے جڑے لے روزہ رسول دیا اینہ ٹکرا مار کیا دے پر چانڑی یوی پتر مارے آگے میں سچے دا کڑا لے جانے میں کیویں پڑھ سکتے غازی دے مرید کیویں برداشت کرے سن قبلہ جدا نا چاہے سنا حسین مارے گے ایک چھوٹے سام دا بچہ بشیر دا دامن پکڑ کے آدھے منا دی والا کیڑا حسین بشیر آدھے رسول دا نواز بچہ آدھے منا دی نہ کرے میرا میلا لباس ویکھ کے بے پرواہی نہ کرے میں عباس دا پتر ہاں واہ بھائی واہ جڑے غازی دے مرید بیٹھے شہزادہ دے من اس دروازے تے ہی منجن دے شہزادہ دوڑ کے دروازے تے اے صد مار کیا دے دادی اندرو آواز ہے یہ عجیب بچہ سمجھنے کون بھی پیے میرے آقا عباس دی اممہ ہے میری سیر امون مدین سلادہ دے دادی منا دی والا دے حسین مارے گے بی بی آدھی جلدی کرو ہی منا دی والا دروازے چلے یا
بشیر دروازے تے آئے، بی بی نے انہوں سوال کیتے، دے منادی کیتی ہے جو حسین مارے گیا۔ بشیر آدھے ہاں بی بی، بی بی آدھی ہے ہور کچھ نہ کچھ دی، او کوئی دس چاہ نال کوئی عباس بھی ہاں۔ کیا سیدہ بی بی توڑے وین قبول فرماوے، میں صدقے جاوا۔ بشیر آدھے ہاں بی بی ہاں، بی بی آدھی ہے وقت میں نہ مندی عباس بھی ہوئے تے حسین مارے ہوئے۔ بشیر آدھے بی بی غازی پہلے مارے گئے، بی بی آدھی ہے وقت من میں دیا حسین بھی مارے گئے اسی، مگر منت لا اللہ دے نات اتنا دسا عباس تے حسین نو مارن والی فوج کتنی ہے۔ یا سیدہ یا سیدہ، بی بی نے کیتے سوال، بشیر نے بے وس ماتم شروع کیتے، ماتم کر کے رو کیا دے، بی بی فوج آئی 9 لاکھ۔ تو سونی آئے کیتی ہے 9 لاکھ کا نام ہے عباس دی اما، 4 قدم پیچھا ہٹ گئی ہے، بی بی رو کیا دی ہے میرے پتر دی توہین نہ کر، 9 لاکھ تو میرا غازی نہیں لگتا۔ بی بی آدھی ہے میں تو عباس تے بازو ہتے بڑے مہان ہیں، اے لفظ جس تے میں مسائب پڑھ لے، بی بی آدھی ہے میرے پتر دے لہر دی وجہ کا ہی ہو رہا سی۔ اور میں صدقے جاوا، بی بی یہ لفظ آکھے بشیر نے بک مٹی نہ چاہ کے سارے چھپائے، سین نو جڑی وجہ دسی ہے سناوا چاہ۔ بشیر آدھے ماتم کر
ਲੱਗਣਾ ਉਹ ਕਹਿੰਦੇ ਇਸੇ ਦੀ ਮੁਕਾਰ ਬਸ ਇੱਕੋ ਮਹਾਰਾ ਦਾ ਬੈਠ ਸੁਣਾ ਬੜੇ ਇੱਕ ਵਾਰੀ ਸਹਿ ਕਰ ਲਓ ਜਿੰਨੇ ਲਦਾਰ ਬੈਠੇ ਲਦਾਰ ਬਰਦਾਸ਼ਤ ਨਹੀਂ ਕਰੇ ਬੀਬੀਆਂ ਦੀ ਸਮਝ ਗਈਆਂ ਭੈਣ ਤੇ ਬਿਰਾ ਦੀ ਚੁੱਪ ਚ ਮਾਰਿਆ ਗਈ ਹੈ ਮਗਰ ਮਿੰਨਤ ਲਾ ਅੱਲਾ ਦੇ ਨਾਂ ਤੇ ਇਤਨਾ ਦੱਸਾ ਅੱਬਾਸ ਤੇ ਹੁਸੈਨ ਦੇ ਬਾਦ ਆਲੀਆ ਸੈਣ ਬਿਸਮਿਲਲਾ ਬਿਸਮਿਲਲਾ ਬਸ਼ੀਰਾ ਦੇ ਗਏ ਨੇ ਬਾਗ ਵੱਲ ਆਈਏ ਸ਼ਹਿਰ ਦੇ ਬਾਹਰੋਂ ਆਈ ਬੈਠੀਏ ਬੀਬੀਆਂ ਵੀ ਹੁਣ ਮਜ਼ਾ ਦੀ ਨਾ ਕਰੇ ਮੈਨੂੰ ਮਖਦੂਮਾਂ ਦੀ ਮਜ਼ਾਰ ਤੇ ਮੰਜਣ ਦੇ ਉਬਾਲੀ ਟੁੰਦੀ ਹੋਈ ਲਾਲੀ ਦੀ ਮਾਂ ਸੈਣ ਦੀ ਕਬਰ ਤੇ ਆਈਏ ਬੀਬੀ ਖਾਬ ਤੇ ਛੜ ਪਈਏ ਰੋ ਕਿਆ ਦੀਏ ਸਖੀ ਦੀ ਧੀ ਸੁਜਾਗੋ ਗਰੀਬ ਦੀ ਗੱਲ ਸੁਣ ਮੇਰੀ ਸਹਿਣ ਮੈਂ ਸਮਝਾ ਲਵਾਂ ਕਬਰ ਲਿਆਵਾ ਲਈਏ ਹੁਕਮ ਕਰ ਲਾਲੀ ਦੀ ਮਾਂ ਬੀਬੀਆਂ ਦੀਏ ਹੁਕਮ ਨਹੀਂ ਮੈਂ ਗਰੀਬਾਂ ਇਹੋ ਤਾਜ ਕਹਿਣਾ ਯਾ ਅੱਜ ਤੋਂ ਬਾਅਦ ਤੂੰ ਬਤੂਰ ਸਹਿਣ ਮੈਨੂੰ ਅੱਬਾਸ ਦੇ ਮਾਂ ਆਖੇ ਬਿਸਮਿਲਲਾ ਬਿਸਮਿਲਲਾ ਕਬਰ ਹਲ ਗਈ ਆ ਵਾਲੀਏ ਕਿਉਂ ਨਾ ਖਾ ਉਸ ਵੇਲੇ ਗਾਲੀ ਦੀ ਮਾਂ ਸਹਿਣ ਦੀ ਕਬਰ ਤੇ ਛੜ ਪਈ